पाँच मोटरसाइकिल और एक कार समेत तीन व्यक्ति गिरफ्तार श्री मुक्तसर साहिब के सी स्टाफ के द्वारा चोरी की मोटरसाइकिल और एक कार समेत तीन व्यक्तियों को गिरफ्तार किया गया इसकी जानकारी सी एसएचओ राजेश कुमार द्वारा प्रेस कॉन्फ्रेंस कर दी गई एसएचओ राजेश कुमार ने बताया कि तीन व्यक्तियों को गिरफ्तार किया गया है तीनों व्यक्ति गुनियाना रोड के रहने वाले हैं जिन पर पहले भी कई मुकदमे दर्ज है एसएचओ ने बताया की इनके पास ऐसी पांच मोटरसाइकिल और एक गाड़ी बरामद की गयी यह गाड़ी श्री मुक्तसर साहब के मलोट रोड नाका नंबर चार ऐसी चोरी हुई थी उनके संबंध में मुकदमा नंबर तीन तारीख 31 12 2021 اور 379 کے تحت थाना था। सिटी श्री मुक्तसर صاحب میں درج ہوا تھا۔ انہوں نے کہا کہ بیක්‍تیوں کا ریमांड حاصل کر جا شروع کر دی گئی ہے۔ وقت موجود ہیں श्री मुक्तसर صاحب دے سی آئی سٹاف دے وچ جتے کہ سی آئی سٹاف پولیس ਵੱਲੋਂ تین ویکتیوں نو گرفتار کیتا گیا ہے جنہاں تے وقت وقت تراواں دے تحت معاملے دار چن۔ اس سبੰਦੀ راجیش کمار سی آئی سٹاف ایچ ایس ایچ او جو پریس کانفرنس کر رہے نے۔ اسی ودیہرے جانکاری ਲਈ اسی تھونو اس پریس کانفرنس نال جوڑانگے۔ پریس کانفرنس کڑے یار ہتھ وچ کلاں ਮਿਤੀ 22 ਦੋ 2022 ਨੂੰ ਅਸੀਂ ਇੱਕ ਮੁਕਦਮਾ ਦਰਜ ਕੀਤਾ ਸੀ ਮੁਕਦਮਾ ਨੰਬਰ 38379411 ਦਾ ਜਿਹਦੇ ਵਿੱਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਸੀ ਪ੍ਰਦੀਪ ਕੁਮਾਰ ਤੇ ਰਜਿੰਦਰ ਕੁਮਾਰ ਅਤੇ ਉਹਨਾਂ ਵਿੱਚੋਂ ਇੱਕ ਦੋਸ਼ੀ ਅਜੇ ਜਿਹੜਾ ਕਿ ਇਹਨਾਂ ਦਾ ਭਰਾ ਹੀ ਸੀਗਾ ਸतीश ਕੁਮਾਰ ਫਰਾਰ ਸੀਗਾ ਸतीश ਕੁਮਾਰ ਨੂੰ ਅੱਜ ਅਸੀਂ ਗ੍ਰਿਫਤਾਰ ਕੀਤਾ ਹੈ ਮੁਕਦਮਾ ਨੰਬਰ 38 ਦੇ ਵਿੱਚ ਬਟ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹਦੇ ਕੋਲੋਂ ਸਾਨੂੰ ਇੱਕ ਕਾਰ ਮਿਲੀ ਜਿੰਨ ਜੋ ਕਿ ਸਾਡੇ ਮੁਕਸਰ ਸ਼ਹਿਰ ਦੇ ਵਿੱਚੋਂ ਨਾਕਾ ਨੰਬਰ 4 ਦੇ ਕੋਲੋਂ ਚੋਰੀ ਹੋਈ ਸੀ ਜਿਹਦੇ ਸਬੰਧੀ ਕੇ ਮਕਦਮਾ ਨੰਬਰ 325 ਮਿਤੀ 31 12 2021 ਨੂੰ ਦਰਜ ਰਜਿਸਟਰ ਕੀਤਾ ਗਿਆ ਸੀਗਾ ਉਹ ਚੋਰੀ ਕੀਤੀ ਹੋਈ ਕਾਰ ਉਹਦੇ ਕੋਲੋਂ ਬਰਾਮਦ ਹੋਈ ਹੈ ਤੇ ਇਸੇ ਦੌਰਾਨ ਹੀ ਮਕਦਮੇ ਦੀ ਤਫਤੀਸ਼ ਦੇ ਦੌਰਾਨ ਹੀ ਉਹਦੇ ਕੋਲੋਂ ਪੰਜ ਮੋਟਰਸਾਈਕਲ ਹੋਰ ਮਿਲੇ ਨੇ ਜੋ ਕਿ ਵੱਖ-ਵੱਖ ਮਾਰਕਾ ਦੇ ਨੇ ਉਹਨੇ ਮੁਕਸਰ ਸ਼ਹਿਰ ਦੇ ਵਿੱਚੋਂ ਵੱਖ-ਵੱਖ ਥਾਵਾਂ ਤੋਂ ਬੈਂਕ ਰੋਡ ਵਾਲੇ ਪਾਸਿਓਂ ਚੋਰੀ ਕੀਤੀ ਨੇ ਜੀ। ਹੋਰ ਵੀ ਕਿੱਥੇ ਕਰਦੇ ਸੀ ਸ਼ਹਿਰ ਤੋਂ ਬਿਨਾਂ ਜੀ। ਇਹ ਸ਼ਹਿਰ ਤੋਂ ਬਿਨਾਂ ਹਾਂ ਜੀ ਪਤਾ ਲੱਗਿਆ ਕਿ ਕੋਟਕਪੂਰੇ ਵੀ ਇਹਨਾਂ ਨੇ ਚੋਰੀ ਕੀਤੀ ਹੈ ਔਰ ਮਲੋਟ ਵੀ ਕੀਤੀ ਹੈ। ਇਹਨਾਂ ਦੇ ਕੋਈ ਪਹਿਲਾਂ ਵੀ ਮਾਮਲੇ ਦਰਜ ਨੇ? ਬਿਲਕੁਲ ਜੋ ਸਤੀਸ਼ ਕੁਮਾਰ ਹੈ ਇਹਦੇ ਤੇ 8 ਮਾਮਲੇ ਦਰਜ ਨੇ। ਜੋ ਇਸ ਦਾ ਰਫਾਦਰਾ ਰਜਿੰਦਰ ਕੁਮਾਰ ਉਹਦੇ ਤੇ 2 ਨੇ ਤੇ ਇਸ ਦਾ ਜੋ ਭਰਾ ਉਹਦੇ ਤੇ ਇੱਕ ਮੁਕਦਮਾ ਦਰਜ ਹੈ। ਸਤੀਸ਼ ਤੇ ਕਿੱਥੇ-ਕਿੱਥੇ ਪਰਚੇ ਦਰਜ ਆਏ? ਸਤੀਸ਼ ਤੇ ਅਡੋੜੀ ਥਾਣੇ 'ਚ ਮੁਕਦਮੇ ਦਰਜ ਹੈ ਜੀ ਫਿਰੋਜ਼ਪੁਰ ਹੈ, ਬਠ ਸਾਡੇ ਮੁਕਸਰ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਂ ਤੇ ਮਕਦਮੇ ਨਸ਼ੇ ਦੇ ਵੀ ਨੇ ਔਰ ਚੋਰੀ ਦੇ ਵੀ ਨੇ ਜੀ ਇਹ ਮੁਕਸਰ ਸ਼ਹਿਰ ਦਾ ਗੋਣਿਆਣੇ ਰੋਡ ਦੇ ਕੋਲੋਂ ਦਾ ਰਹਿਣ ਵਾਲਾ ਹੈਗਾ ਜੀ ਰਿਮਾਂਡ ਵਗੈਰਾ ਹੋ ਗਿਆ ਸੀ ਹੁਣ ਤੱਕ ਨਹੀਂ ਅਸੀਂ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਪੇਸ਼ ਅਦਾਲਤ ਕਰਕੇ ਇਹਦਾ ਰਿਮਾਂਡ ਹਾਸਲ ਕਰਾਂਗੇ ਤੇ ਸਾਨੂੰ ਉਮੀਦ ਹੈ ਕਿ ਹੋਰ ਵੀ ਇਹਦੇ ਤਰਕਵਰੀ ਹੋ ਸਕਦੀ ਹੈ ਕਿਉਂਕਿ ਇਹਨਾਂ ਤੋਂ ਸਾਨੂੰ ਹੁਣ ਤੱਕ 3 ਗੱਡੀਆਂ ਮਿਲ ਚੁੱਕੀਆਂ ਨੇ ਤੇ ਮੋਟਰਸਾਈਕਲ ਮਿਲ ਚੁੱਕੇ ਨੇ ਤੇ ਹੋਰ ਵੀ ਇਹ ਚੋਰੀਆਂ ਮੰਨ ਰਿਹਾ ਕਿ ਇੱਕ ਥਾਂ ਤੋਂ ਇਹਨਾਂ ਨੇ ਬੈਟਰੀਆਂ ਵੀ ਚੋਰੀ ਕੀਤੀਆਂ ਨੇ ਬਟ ਇਹ ਨਸ਼ੇ ਦੇ ਵਿੱਚ ਹਾਲਤ ਵਿੱਚ ਇਹ ਇਨਸਾਨਾਂ ਨੂੰ 10-10 ਦੱਸਿਆ ਕਿ ਸਾਨੂੰ ਪਤਾ ਨਹੀਂ ਲੱਗਦਾ ਸੀ ਕਿ ਅਸੀਂ ਕਿੱਥੋਂ ਕਿਹੜੀ ਚੀਜ਼ ਚੋਰੀ ਕਰ ਰਹੇ ਹਾਂ ਬਟ ਫਿਰ ਵੀ ਸਾਡੀ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਸਾਰੀ ਨਸ਼ੇ ਦੀ ਆਦੀ ਸੀ ਕਿ ਜਾਂ ਕੱਲਾ ਹਿਸਟਰੀ ਨਹੀਂ ਅਜੇ ਤਾਂ ਸਿਰਫ ਇਹਦੇ ਬਾਰੇ ਹੀ ਗੱਲ ਆਈ ਹੈਗੀ ਸਾਰੀ ਜੀ ਵੀ ਇਹ ਨਸ਼ੇ ਵਗੈਰਾ ਕਰਨ ਦਾਦੀ ਹੈਗਾ ਬਟ ਹਾਲੇ ਇਨਵੈਸਟੀਗੇਸ਼ਨ ਹੋਏਗੀ ਫਿਰ ਉਸ ਤੋਂ ਬਾਅਦ ਅਗਲੀ ਗੱਲ ਹੋਊਗੀ ਸਾਰੇ ਦੇ ਬਾਰੇ ਕੋਈ ਟਰੈਪ ਲਗਾਇਆ ਗਿਆ ਸੀ ਜਾਂ ਉਹਨੂੰ ਕੋਈ ਗੁਪਤ ਸੁਪਤ ਨਹੀਂ ਕਿਉਂਕਿ ਇਹਦੇ ਤੇ ਮੁਕੱਦਮਾ ਆਲਰੇਡੀ ਦਰਜ ਹੈ ਤੇ ਉਸ ਮੁਕੱਦਮੇ ਤੋਂ ਫਰਾਰ ਚੱਲ ਰਿਹਾ ਸੀ ਤੇ ਅੱਜ ਸਾਡੀ ਫੀਰ ਟੂ ਟੀਐਸਏ ਦੇ ਸਬੰਧੀ ਟਾਈਮ ਟੂ ਟਾਈਮ ਰੀਡ ਕਰਦੀ ਹੁੰਦੀ ਸੀ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਅੱਜ ਇਹ ਹیدر ਬਠਿੰਡਾ ਰੋਡ ਵਾਲੇ ਪਾਸੇ ਦੇਖਿਆ ਗਿਆ ਜਿਸ ਤੇ ਸਾਡੀ ਏਐਸਆਈ ਹਰਪ੍ਰਗਵਾਨ ਸਿੰਘ ਤੌਰ 'ਤੇ ਟੀਮ ਦੇ ਮੈਂਬਰਾਂ ਨੇ ਏਸੀ ਦਿਲਬਾਖ ਸਿੰਘ ਨੇ ਇਹ ਗ੍ਰਿਫਤਾਰ ਕੀਤਾ ਹੈ। ਬੂਟਾ ਸਿੰਘ ਸੇ ਮੁਕਤਸਰ ਸਾਹਿਬ ਪੰਜਾਬ